ਫਤਿਹਗੜ੍ਹ ਸਾਹਿਬ ਵਿਖੇ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਵੱਲੋਂ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਗਰਗ ਦੀ ਅਗਵਾਈ ਹੇਠ ਪੰਜਾਬ ਸਰਕਾਰ ਖਿਲਾਫ਼ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਰੋਸ ਧਰਨਾ ਅਤੇ ਭੁੱਖ ਹੜਤਾਲ ਕੀਤੀ ਗਈ, ਜਿਸ ਵਿੱਚ ਬੀਜੇਪੀ ਦੇ ਸਾਬਕਾ ਪੰਜਾਬ ਪ੍ਰਧਾਨ ਕਮਲ ਸ਼ਰਮਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਸਹਿਯੋਗੀ ਪਾਰਟੀਆਂ ਨੇ ਸ਼ਾਸਨ ਕੀਤਾ ਤਾਂ ਕਿ ਜਿਹੜੇ ਜਨਤਾ ਦੇ ਹਿੱਤ ਦੇ ਮਤੇ ਨੇ ਉਹ ਪਾਸ ਨਾ ਹੋ ਸਕਣ ਔਰ ਇਹਨਾਂ ਦੀ ਪੋਲ ਜਿਹੜੀ ਹੈ, ਜਿਹੜੀਆਂ ਝੂਠੀਆਂ ਬਿਆਨਬਾਜ਼ੀਆਂ ਜਿਹੜੀਆਂ ਸਾਜ਼ਿਸ਼ਾਂ ਹੈ ਦੇਸ਼ ਦੇ ਲੋਕਾਂ ਦੇ ਖਿਲਾਫ ਕਰਦੇ ਰਹਿੰਦੇ ਆ, ਉਹ ਪਾਰਲੀਮੈਂਟ 'ਚ ਖੁੱਲ੍ਹਣ ਨਾ, ਇਸ ਕਰਕੇ ਰੁਕਾਵਟ ਪਾਉਂਦੇ ਰਹੇ। ਸੋ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਤੈਅ ਕੀਤਾ ਕਿ ਜੇ ਇਹਨਾਂ ਨੇ ਪਾਰਲੀਮੈਂਟ ਸੰਸਦ ਜਿਹੜੀ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਹੈ ਉਹ ਚੱਲਣ ਨਹੀਂ ਦਿੱਤੀ ਅਤੇ ਹੁਣ ਰਸਤਾ ਇਹੀ ਹੈ ਕਿ ਅਸੀਂ ਲੋਕਾਂ ਦੇ ਵਿੱਚ ਜਾ ਕੇ ਆਪ ਵਿਚਰੀਏ, ਲੋਕਾਂ ਨੂੰ ਦੱਸੀਏ ਕਿ ਕਾਂਗਰਸ ਪਾਰਟੀ ਕਿਸ ਤਰ੍ਹਾਂ ਹਤਾਸ਼ ਹੋ ਚੁੱਕੀ ਹੈ ਔਰ ਕਿਸ ਤਰ੍ਹਾਂ ਉਹ ਦੇਸ਼ ਦੀ ਤਰੱਕੀ ਦੇ ਜਿਹੜੇ ਰਸਤੇ ਆ ਉਹਨਾਂ ਨੂੰ ਬੰਦ ਕਰ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਉਹਦਾ ਹਿੱਸਾ, ਬਾਕੀ ਸਾਡਾ ਨੌ ਮਾਸ ਦਾ ਰਿਸ਼ਤਾ ਪੱਕੀ ਸਾਂਝ ਆ ਔਰ ਮੇਨ ਜਿਹੜਾ ਮਕਸਦ ਆ ਮੁੱਦਾ ਹੈਗਾ ਕਿ ਪਾਰਲੀਮੈਂਟ ਨੂੰ ਜਾਂ ਅਸੈਂਬਲੀਜ਼ ਨੂੰ ਇਹ ਸਮਝ ਗਿਆ ਕਿ ਕੋਈ ਜਿਵੇਂ ਕੋਈ ਤਮਾਸ਼ੇ ਦਾ ਸਾਧਨ ਸਮਝ ਰਿਹਾ ਲੋਕਾਂ ਨੇ, ਲੋਕ ਵੋਟਾਂ ਪਾ ਕੇ ਐਮ ਪੀਜ਼ ਨੂੰ ਭੇਜਦੇ ਆ ਔਰ ਉੱਥੇ ਜਾ ਕੇ ਬੜੀਆਂ ਦੇਸ਼ ਨੂੰ ਬਹੁਤ ਵੱਡੀਆਂ ਚੁਣੌਤੀਆਂ ਨੇ, ਬਹੁਤ ਵੱਡੀਆਂ ਗੰਭੀਰ ਸਮੱਸਿਆਵਾਂ ਨੂੰ ਡਿਸਕਸ ਕਰਨ ਵਾਸਤੇ, ਕਾਨੂੰਨ ਬਣਾਉਣ ਵਾਸਤੇ, ਸੋਧਾਂ ਕਰਨ ਵਾਸਤੇ ਇਹ ਸਮਾਂ ਚਾਹੀਦਾ ਦਿੱਤਾ ਜਾ ਰਿਹਾ ਹੈ। ਫਤਿਹਗੜ੍ਹ ਸਾਹਿਬ ਲੋਕ ਸਭਾ ਦੀ ਸੀਟ ਅਤੇ ਸਾਰੇ ਹੀ ਬੀਜੇਪੀ ਦੇ ਔਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਧਰਨੇ 'ਤੇ ਬੈਠੇ ਆ ਔਰ ਕਾਂਗਰਸ ਸਰਕਾਰ ਨੇ ਜੋ ਹੁਣ ਤੱਕ ਅੜਿੱਕੇ ਢਾਹੇ, ਦੇਸ਼ ਦੀ ਤਰੱਕੀ ਨਹੀਂ ਹੋਣ ਦਿੱਤੀ ਔਰ ਹਰ ਗੱਲ ਦੇ ਵਿੱਚ ਲੋਕ ਸਭਾ ਦੇ ਵਿੱਚ ਰਾਜ ਸਭਾ ਦੇ ਵਿੱਚ ਉਹ ਮੁਜ਼ਾਹਰਾ ਕਰਦੇ ਆ ਔਰ ਕਾਰਵਾਈ ਨੂੰ ਚੱਲਣ ਨਹੀਂ ਦਿੰਦੇ, ਅਤੇ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਸਾਰੇ ਦੇਸ਼ ਭਰ ਦੇ ਵਿੱਚ ਇਹ ਧਰਨੇ ਦਿੱਤੇ ਜਾ ਰਹੇ ਨੇ। ਦੇਸ਼ ਦੇ ਵਿੱਚ ਲੋਕ ਸਭਾ ਹਲਕਿਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਸਹਿਯੋਗੀ ਪਾਰਟੀਆਂ ਵੱਲੋਂ ਇਹ ਧਰਨੇ ਦਿੱਤੇ ਜਾ ਰਹੇ ਨੇ, ਭੁੱਖ ਹੜਤਾਲ ਕੀਤੀ ਜਾ ਰਹੀ ਆ। ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਅੱਜ ਦਿੱਲੀ ਦੇ ਵਿੱਚ ਭੁੱਖ ਹੜਤਾਲ 'ਤੇ ਨੇ ਤਾਂ ਕਿ ਜਿਹੜੀ ਕਾਂਗਰਸ ਪਾਰਟੀ ਅਤੇ ਸਹਿਯੋਗੀ ਪਾਰਟੀਆਂ ਦੇਸ਼ ਨੂੰ ਪਾੜੋ ਅਤੇ ਰਾਜ ਕਰੋ ਦੀ ਨੀਤੀ ਅਪਣਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਉਹਦੇ ਖਿਲਾਫ਼ ਇਹ ਧਰਨੇ ਦਿੱਤੇ ਜਾ ਰਹੇ। ਸ਼੍ਰੋਮਣੀ ਅਕਾਲੀ ਦਲ ਵੱਲੋਂ ਅਤੇ ਜਨਤਾ ਪਾਰਟੀ ਵੱਲੋਂ ਅਸੀਂ ਇਹੀ ਇਕਜੁੱਟ ਹੋ ਕੇ ਧਰਨਾ ਦੇ ਰਹੇ ਹਾਂ। ਕਾਂਗਰਸ ਸਰਕਾਰ ਦੀਆਂ ਜੋ ਮਾਰੂ ਨੀਤੀਆਂ ਨੇ ਉਹਨਾਂ ਦੇ ਖਿਲਾਫ਼, ਕਿਉਂਕਿ ਕਾਂਗਰਸ ਸਰਕਾਰ ਇਹ ਇੱਕ ਲੋਟੂ ਸਰਕਾਰ ਹੈ, ਇਹ ਝੂਠੇ ਵਾਅਦੇ ਕਰਕੇ ਇਹਨਾਂ ਨੇ ਸਰਕਾਰ ਆਪਣੇ ਪਬਲਿਕ ਨੂੰ ਠੱਗਿਆ ਅਤੇ ਝੂਠ ਬੋਲ ਕੇ ਵੋਟਾਂ ਲੈ ਲਈਆਂ ਨੇ, ਅਤੇ ਹੁਣ ਇਹ ਭਾਰਤੀ ਜਨਤਾ ਪਾਰਟੀ ਨੂੰ ਵੀ ਇਹ ਬਦਨਾਮ ਕਰ ਰਹੇ ਨੇ, ਇਹ ਗਰੀਬ ਵਰਗ ਨੂੰ ਵੀ ਬਦਨਾਮ ਕਰ ਰਹੇ ਹੈ। ਇਹਨਾਂ ਦੇ ਪ੍ਰਦਰਸ਼ਨ ਲਾਇਆ ਅਸੀਂ ਇਕੱਠੇ ਹੋ ਕੇ ਕਿ ਇਹਨਾਂ ਦੀਆਂ ਮਾਰੂ ਨੀਤੀਆਂ ਪਬਲਿਕ ਦੇ ਸਾਹਮਣੇ ਲਿਆਉਂਦੀਆਂ ਜਾਣ।